ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਜਲਦ ਖਤਮ ਹੋਵੇਗਾ ਕਾਂਗਰਸ ਦਾ ਕਾਟੋ ਕਲੇਸ਼ ਪੰਜਾਬ ਕਾਂਗਰਸ ਮੁਖੀ ਦੇ ਅਹੁਦੇ 'ਚ ਵੀ ਛੇਤੀ ਫੇਰ ਬਦਲ ਦਾ ਅਸਰ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ 'ਚ ਆਤ ਜਾ ਕੇ ਤੁਸੀਂ ਆਨਲਾਈਨ ਸ਼ਾਪਿੰਗ ਵੀ ਕਰ ਸਕਦੇ ਹਾਂ ਪੰਜਾਬ ਕਾਂਗਰਸ ਦੇ ਕੇਂਦਰੀ ਲੀਡਰਸ਼ਿਪ ਵੱਲੋਂ ਅਗਲੇ ਕੁਝ ਦਿਨਾਂ ਤੱਕ ਇਿੱਤੇ ਜਾਣ ਵਾਲੇ ਫੇਰਬਦਲ ਦੇ ਨਾਲ ਜਾਂ ਕੁਝ ਦਿਨ ਬਾਅਦ ਪੰਜਾਬ ਮੁਖੀ ਦੇ ਅਹੁਦੇ 'ਚ ਵੀ ਦਿਲਚਸਪ ਬਦਲਾਅ ਹੋਣ ਦੀ ਸੰਭਾਵਨਾ ਸਪੱਸ਼ਟ ਦਿਖਾਈ ਦੇ ਰਹੀ ਹੈ ਕਾਂਗਰਸ ਉੱਤਰਾਂ ਨੇ ਦੱਸਿਆ ਹੈ ਕਿ ਪੰਜਾਬ ਦੇ ਮੌਜੂਦਾ ਮੁਖੀ ਹਰੀਸ਼ रावत ਪਹਿਲਾਂ ਹੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਚਾਰਜ ਦੇ ਅਹੁਦੇ ਤੋਂ ਮੁਕਤ ਹੋਣ ਦੀ ਬੇਤਨੀ ਕਰ ਚੁੱਕੇ ਨੇ ਪੰਜਾਬ ਚ ਅਗਲੇ ਸਾਲ ਦੇ ਸ਼ੁਰੂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਉੱਤਰਾਖੰਡ ਵਿਧਾਨ ਸਭਾ ਦੀਆਂ ਵੀ ਆਮ ਚੋਣਾਂ ਹੋਣੀਆਂ ਨੇ ਰਾਭ ਉੱਤਰਾਖੰਡ ਦੇ ਮੁੱਖ ਮੰਤਰੀ ਰਹਿ ਚੁਕੇ ਨੇ ਉਹ ਹੁਣ ਆਪਣਾ ਪੂਰਾ ਧਿਆਨ ਉੱਤਰਾਖੰਡ ਵੱਲ ਲਗਾਉਣ ਦੀ ਇੱਛੁਖਾਨਾ ਕਾਂਗਰਸ ਉਸ ਉਤਰਾ ਦੇ ਅਨੁਸਾਰ ਦੱਸਿਆ ਗਿਆ ਹੈ ਕਿ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਅਗਲੇ ਹਫਤੇ ਪੰਜਾਬ ਕਾਂਗਰਸ ਚ ਕੀਤੇ ਗਏ ਸੰਗਠਨਾਤਮਕ ਫੇਰਬਦਲ ਨੂੰ ਦੇਖਦੇ ਹੋਏ ਹੁਣ ਕਾਂਗਰਸ ਚ ਇਹ ਚਰਚਾਵਾਂ ਵੀ ਚੱਲ ਰਹੀਆਂ ਨੇ ਕਿ ਛੇਤੀ ਪੰਜਾਬ ਦਾ ਮਾਮਲਾ ਹਾਲ ਕਰਨ ਦੇ ਨਾਲ ਹੀ ਕੇਂਦਰੀ ਮੁਖੀ ਦੀ ਨਿਯੁਕਤ ਵੀ ਕੀਤੀ ਜਾਵੇ ਨਵੇਂ ਮੁਖੀ ਦੇ ਮੋੜਿਆ ਤੇ ਅਹਿਮ ਜ਼ਿੰਮੇਵਾਰੀ ਕਾਂਗਰਸ ਉਤਾ ਦੇ ਅਨੁਸਾਰ ਦੱਸਿਆ ਗਿਆ ਹੈ ਕਿ ਹਰੀਸ਼ रावत ਨੂੰ ਲੱਗਦਾ ਹੈ ਕਿ ਜੇ ਉਹ ਉੱਤਰਾਖੰਡ ਵੱਲ ਆਪਣਾ ਧਿਆਨ ਪੂਰੀ ਤਰ੍ਹਾਂ ਕੇਂਦ੍ਰਿਤ ਕਰ ਦਿੰਦੇ ਨੇ ਤਾਂ ਉੱਤਰਾਖੰਡ ਚ ਕਾਂਗਰਸ ਨੂੰ ਮੂਰਤ ਸੱਤਾ ਚਲੇ ਆਨ ਲ ਸਫਲ ਹੋਏਗਾ ਪਾਤਵਾ ਉੱਤਰਾਖੰਡ ਚ ਮੁਖੀ ਆਪਣੇ ਮੁੱਖ ਮੰਤਰੀ ਬਦਲ ਚੁਕੇ ਨੇ ਇਸ ਨਾਲ ਪਾਜਪਾ ਦੇ ਅਕਸ ਨੂੰ ਠੇਸ ਪਹੁੰਚੀ ਹੈ 라ਵਤ ਨਾਲ ਉੱਤਰਾਖੰਡ ਦੇ ਕਾਂਗਰਸੀ ਜੁੜੇ ਹੋਏ ਹਨ ਕੇਂਦਰੀ ਲੀਡਰਸ਼ਿਪ ਜੇ ਉੱਤਰਾਖੰਡ ਦੀ ਕਮਾਂਡ 라ਵਾ ਦੇ ਹਵਾਲੇ ਕਰ ਦਿੰਦੀ ਹੈ ਤਾਂ ਉਸ ਸਥਿਤੀ 'ਚ ਕਾਂਗਰਸ ਨੂੰ ਜ਼ਮੀਨੀ ਪੱਧਰ ਤੇ ਮਜ਼ਬੂਤੀ ਜੇਨ 'ਚ ਸਫਲ ਹੋਣਗੇ ਖਬਰ ਉਲਾਸਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ